ਸੋਹਣੀ ਅਤੇ ਮਹੀਵਾਲ ਦੇ ਇਸ਼ਕ ਦੀ ਉਹ ਸੱਚੀ ਦਾਸਤਾਨ ਜਿਹਨੂੰ ਲੋਕ ਸਦੀਆਂ ਤੋਂ ਸੁਣਦੇ ਆ ਰਹੇ ਨੇ। ਸੋਹਣੀ ਮਹੀਵਾਲ ਨੂੰ ਮਿਲਣ ਵਾਸਤੇ ਚਨਾਹ ਦੇ ਪਾਰ ਰੋਜ਼ਾਨਾ ਘੜੇ ਦੇ ਤਰ ਕੇ ਜਾਂਦੀ ਸੀ। ਸੋਹਣੀ ਦੀ ਨਨਾਣ ਜਿਹਨੂੰ ਆਪਣੇ ਵੀਰ ਦੇ ਮਰਨ ਦਾ ਦੁੱਖ ਅਤੇ ਸੋਹਣੀ ਨੂੰ ਮਹੀਵਾਲ ਨੂੰ ਮਿਲਣ ਦਾ ਦੁੱਖ ਅੰਦਰੇ ਅੰਦਰ ਹੁਣ ਵਾਂਗੂ ਖਾਂਦਾ ਜਾ ਰਿਹਾ ਸੀ। ਉਹ ਕਿਸੇ ਵਕਤ ਦੇ ਇੰਤਜ਼ਾਰ 'ਚ ਸੀ ਜਿਹੜਾ ਵਕਤ ਆਖਰ ਆ ਗਿਆ। ਸੋਹਣੀ ਆਪਣਾ ਘੜਾ ਕਾਨਿਆਂ ਦੇ ਬੁੱਚਾਂ 'ਚ ਲੁਕਾ ਕੇ ਰੋਜ਼ਾਨਾ ਚਲੀ ਜਾਂਦੀ ਸੀ, ਜਿਹਦਾ ਉਹਦੀ ਨਨਾਣ ਨੂੰ ਪਤਾ ਸੀ। ਜਿਸ ਦਿਨ ਚਨਾਹ 'ਚ ਤੂਫਾਨ ਚੜਿਆ, ਸੋਹਣੀ ਦੀ ਨਨਾਣ ਨੇ ਸੋਚਿਆ ਕਿ ਇਹਦੇ ਤੋਂ ਸੋਹਣਾ ਮੌਕਾ ਮੈਨੂੰ ਜ਼ਿੰਦਗੀ 'ਚ ਫਿਰ ਕਦੇ ਨਹੀਂ ਮਿਲੇਗਾ। ਉਹਨੇ ਪੱਕਾ ਘੜਾ ਚੁੱਕ ਕੇ ਉਹਦੀ ਥਾਂ 'ਤੇ ਕੱਚਾ ਘੜਾ ਰੱਖ ਦਿੱਤਾ। ਸੋਹਣੀ ਆਈ, ਇਸ਼ਕ ਅੰਨਾ ਹੁੰਦਾ ਹੈ, ਘੜਾ ਚੁੱਕਿਆ, ਦੇਖਦੀ ਇੱਕ ਘੜਾ ਵਜ਼ਨੀ ਹੈ, ਉਹਨੂੰ ਖੜਕਾ ਕੇ ਦੇਖਿਆ ਅਤੇ ਘੜਾ ਕੱਚਾ ਸੀ। ਹੁਣ ਇੱਕ ਪਾਸੇ ਮਹੀਵਾਲ ਅਤੇ ਸੋਹਣੀ ਦਾ ਇਸ਼ਕ, ਦੂਜੇ ਪਾਸੇ ਚਨਾਹ ਦੀਆਂ ਥਾ ਥਾ ਕਰਦੀਆਂ ਹੋਈਆਂ ਛੱਲਾਂ। ਕਦੇ ਕੁਝ ਸੋਚਦੀ ਹੈ, ਕਦੇ ਕੁਝ ਸੋਚਦੀ ਹੈ, ਅਤੇ ਆਖਰ ਉਸ ਕੱਚੇ ਘੜੇ ਨਾਲ ਕੁਝ ਗੱਲਾਂ ਕਰਦੀ ਹੈ। ਸੋਹਣੀ ਘੜੇ ਨੂੰ ਕੀ ਕਹਿੰਦੀ ਹੈ, ਘੜਾ ਸੋਹਣੀ ਨੂੰ ਕੀ ਕਹਿੰਦਾ ਹੈ? ਸੋਹਣੀ ਕਹਿੰਦੀ ਹੈ, ਥੈਂਕ ਯੂ।
ਬਣ ਸਿਆਣੀ ਸਾਡਾ ਮੁੱਕ ਗਿਆ ਦਾਣਾ ਪਾਣੀ ਪਾਰੇ ਅਸਾਂ ਨਹੀਂ ਜਾਣਾ ਨੀ ਸੋਹਣੀਏ ਡੁੱਬ ਜਾ।